ਕਿ 80-80 ਸਾਲ ਦੀਆਂ ਤਾਕੜ ਬੀਬੀਆਂ ਪਿੰਡ 'ਚ ਨਸ਼ਾ ਵੇਚਣ ਵਾਲੇ ਨੂੰ ਚੁੱਕ ਕੇ ਥਾਣੇ ਲੈ ਆਈਆਂ ਨੇ। ਪਿੰਡ 'ਚ 22 ਸਾਲਾ ਜਵਾਨ ਮੁੰਡੇ ਦੀ ਮੌਤ 'ਚ ਹੋਈ ਹੈ। ਮਾਮਲਾ ਲਹਿਰਾ ਗਾਗਾ ਨੇੜਲੇ ਪਿੰਡ ਕੋਟਲਾ ਲਹਿਲ ਦਾ ਹੈ, ਜਿੱਥੇ ਚਿੱਟੇ ਕਾਰਨ 22 ਸਾਲਾ ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਵਿਆਹ ਵੀ ਪਿਛਲੇ ਵਰ੍ਹੇ ਹੋਇਆ ਸੀ। ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੀ ਪੁਸ਼ਟੀ ਪਿੰਡ ਵਾਲਿਆਂ ਨੇ ਕੀਤੀ ਹੈ, ਕਿਉਂਕਿ ਸੰਸਕਾਰ ਬਿਨਾਂ ਪੁਲਿਸ ਨੂੰ ਇਤਲਾਹ ਕੀਤੇ ਕੀਤਾ ਗਿਆ। ਬੀਤੇ ਕੱਲ ਪਿੰਡ ਦੇ ਨੌਜਵਾਨਾਂ ਤੇ ਬੀਬੀਆਂ ਨੇ ਟਰੈਪ ਲਗਾ ਕੇ ਇੱਕ ਨਸ਼ਾ ਵੇਚਣ ਵਾਲੇ ਨੂੰ ਰੰਗੇ ਹੱਥੀ ਫੜਿਆ, ਉਸਦੀ ਕੁਟਾਈ ਕੀਤੀ ਤੇ ਫਿਰ ਥਾਣਾ ਲਹਿਰਾ ਲੈ ਆਏ। ਮਾਮਲੇ 'ਚ ਪੁਲਿਸ ਕਾਰਵਾਈ ਦਾ ਭਰੋਸਾ ਦੇ ਰਹੀ ਹੈ। ਅਸੀਂ ਜੀ ਨਸ਼ੇ ਦੇ ਖਿਲਾਫ, ਕੱਲ੍ਹ ਸਾਡੇ ਮੁੰਡੇ ਦੀ ਇੱਕ ਦੀ ਮੌਤ ਹੋ ਗਈ ਜੀ ਨਸ਼ੇ ਕਰਕੇ। ਇਹ ਚਿੱਟਾ ਵਿਕ ਰਿਹਾ ਜੀ, ਇਹ ਚਿੱਟੇ ਵਾਲਿਆਂ ਨੂੰ ਚੱਕੋ ਪਿੰਡ 'ਚੋਂ, ਤਾਂ ਇਕੱਠ ਹੋਇਆ ਇਹ ਵੀ। ਬਸ ਕੋਈ ਉੱਥੇ ਰਹਿਣਾ ਚਾਹੀਦਾ, ਵੇਚਣ ਵਾਲਾ ਸਭ ਚੁਗੇ ਜਾਣ ਕੋਟੜੇ 'ਚੋਂ, ਸਭ ਦੇ ਜਵਾਕ ਗਾਲ ਰੱਖੇ ਨੇ ਇਹਨਾਂ ਨੇ। ਹਾਂਜੀ, ਸਾਡੀ ਇਹੀ ਸਰਕਾਰ ਨੂੰ ਬੇਨਤੀ ਆ ਵੀ ਇਹ ਇਕੱਲਾ ਇਕੱਲਾ ਜਣਾ ਚੁਗਿਆ ਜਾਵੇ ਜਿਹੜੇ ਵੇਚਦੇ ਨੇ ਉੱਥੇ ਪਿੰਡ 'ਚ। ਰਾਤ ਫੜਿਆ ਵੀ ਹੈ ਜੀ ਇੱਕ ਮੁੰਡਾ, ਹਾਂਜੀ ਕੋਟੜੇ ਦਾ ਜੀ। ਇਸ ਤਰ੍ਹਾਂ ਦੀ ਮੰਗ ਕਰਦੇ ਹੋ? ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਾ ਕੋਈ ਨਹੀਂ ਛੱਡਣਾ ਹੈਗਾ, ਸਭ ਚੱਕਣੇ ਨੇ ਜੀ। ਕੱਲ੍ਹ ਸਾਡੇ ਪਿੰਡ 'ਚ ਨੌਜਵਾਨ ਮੁੰਡੇ ਦੀ ਇੱਕ ਚਿੱਟੇ ਨਾਲ ਮੌਤ ਹੋਈ ਹੈ ਜੀ। ਕੱਲ੍ਹ ਅਸੀਂ 4 ਵਜੇ ਤੋਂ ਇਹਨਾਂ ਦਾ ਟਰੈਪ ਲਾਇਆ ਹੋਇਆ ਸੀਗਾ ਜੀ ਇਹਨਾਂ ਨੂੰ ਫੜਨ ਵਾਸਤੇ। ਇਹ ਨਹਿਰ 'ਤੇ 4 ਬੰਦੇ ਐਨ ਨਸ਼ੇ ਨਾਲ ਧੁੰਦ ਪੂਰੇ ਬੈਠੇ ਸੀਗੇ। ਸਾਡੇ 2 ਬੰਦੇ ਲੇਟ ਹੋ ਗਏ ਨਹੀਂ, ਅਸੀਂ ਇਹਨਾਂ ਨੂੰ ਸੰਦੇਹਾਂ ਦਿਨੇ ਫੜ ਦਾਂਗੇ 4 ਵਜੇ। ਫਿਰ ਅਸੀਂ ਸ਼ਾਮ ਨੂੰ 8 ਵਜੇ ਤਕਰੀਬਨ ਅਸੀਂ ਇਕੱਠੇ ਹੋਏ ਸਾਰੇ। ਅਸੀਂ ਇਹਨਾਂ ਨੂੰ 2000 ਰੁਪਈਆ ਦਿੱਤਾ ਜੀ, ਉਹਨਾਂ ਦੀ ਵੀਡੀਓ ਵੀ ਬਣਾਈ ਅਸੀਂ ਨੇ, ਉਹ ਸਾਡੇ ਲਵੇ ਪਰੂਫ ਹੈਗਾ ਹੈਗਾ। ਫਿਰ ਬੰਦੇ ਨੂੰ ਫੋਨ ਕਰਿਆ ਵੀ ਸਾਨੂੰ, ਉਹ ਬੰਦੇ ਨੂੰ ਕਿਹਾ ਵੀ ਚਿੱਟਾ ਚਾਹੀਦਾ ਹੈਗਾ। ਉਹ ਕਹਿੰਦਾ ਮੈਨੂੰ ਚਿੱਟਾ ਚਾਹੀਦਾ, ਇਹ ਕਹਿੰਦਾ ਵੀ ਮੇਰੀ ਮੰਮੀ ਘਰ ਪਤਾ ਲੱਗ ਜੂਗਾ ਵੀ ਉੱਠਦਾ। ਉਹ ਕਹਿੰਦਾ ਵੀ ਚੱਲ ਤੂੰ ਟੂਡੀਆਂ ਲਵੇ ਆ ਜਾ। ਨਹਿਰ 'ਤੇ ਵੱਗ ਗਿਆ ਜਦੋਂ ਇਹ, ਅਸੀਂ ਗੱਡੀ 'ਚੋਂ ਫੜੇ, ਇਹਦੇ ਨਾਲ ਅਸੀਂ ਇਹਦੀ ਥਾਪੜਾ ਅਪਰੇਟ ਵੀ ਕਰੀ ਹੈਗੀ, ਇਹਦੇ ਲਵੋਂ ਚਿੱਟਾ ਬਰਾਮਦ ਕੀਤਾ ਅਸੀਂ ਨੇ। ਉਸ ਤੋਂ ਬਾਅਦ ਅਸੀਂ ਪਿੰਡ ਦੇ ਚੌਂਕ 'ਚ ਲਏ, ਉੱਥੇ ਬੁੜੀਆਂ ਵੀ ਇਕੱਠੀਆਂ ਹੋਈਆਂ, 100-200 ਬੰਦੇ ਦਾ ਪਿੰਡ ਦਾ ਇਕੱਠ ਹੋਇਆ ਉੱਥੇ। ਉਸ ਤੋਂ ਬਾਅਦ ਅਸੀਂ ਪੁਲਿਸ ਬੁਲਾਈ ਜੀ। ਹਾਂ ਹੁਣ ਪੁਲਿਸ ਕੋਲ ਹੈ ਜੀ। ਉਹ ਮੁੰਡੇ ਦੀ ਮੌਤ ਇਹ ਚਿੱਟੇ ਕਾਰਨ ਹੋਈ ਹੈ ਜੀ, ਟੀਕਾ ਲੱਗਿਆ ਹੋਇਆ ਸੀਗਾ ਜੀ। ਮੈਂ ਇਹ ਦੇਖੇ ਵੀ ਨੇ ਜੀ, ਮੈਂ ਪਰਸੋਂ ਮੂਨਕ ਤੋਂ ਫੀਡ ਛੱਡਣ ਜਾ ਰਿਹਾ ਸੀਗਾ ਜੀ, ਇਹ 3 ਬੰਦੇ ਮੈਂ ਲੇਲਾਂ ਵਾਲੀ ਸਾਈਡ ਮੁੜਦੇ ਦੇਖੇ ਨੇ ਜੀ। ਇਹ 3 2 ਮਹੀਨੇ ਪਹਿਲਾਂ ਇਹ ਮੁੰਡੇ ਦੇ ਮੱਥੋਂ ਥਾਪੜੇ ਵੀ ਲੱਗੇ ਨੇ, ਇੱਕ ਹੋਰ ਹੈ ਜੀ ਜਿਹਦੀ, ਇਹ ਉਦੋਂ ਵੀ ਪਹਿਲਾਂ ਸਟੇਡੀਅਮ 'ਚ ਸਾਡੇ 3-3.5 ਲੱਖ ਰੁਪਏ ਦੀ ਜਿੰਮ ਤੀ ਜੀ। ਇਹ ਜਿਹੜੇ ਚਿੱਟੇ ਨਸ਼ੇੜੀ ਨੇ ਇਹਨਾਂ ਨੇ ਸਾਡੇ ਪਿੰਡ ਦੀ ਜਿੰਮ ਵੇਚੀ ਆ, ਜਿਹੜੀਆਂ ਪਿੰਡ 'ਚ ਸਾਡੇ 1 ਮਹੀਨਾ ਪਹਿਲਾਂ ਇੱਕ ਹੋਮ ਗਾਰਡ 'ਚ ਨੌਜਵਾਨ ਸੀਗਾ ਰਮਦਾਸੀਆਂ ਦਾ ਜੀ, ਉਹ ਮੁੰਡੇ ਨੇ ਸੁਸਾਈਡ ਇਸੇ ਕਰਕੇ ਕੀਤੀ ਆ, ਡਿਪਰੈਸ਼ਨ ਚਲਾ ਗਿਆ, ਉਹ ਚਿੱਟੇ ਦਾ ਆਦੀ ਹੋ ਗਿਆ ਸੀਗਾ ਜੀ, ਉਹਨੇ ਵੀ ਸੁਸਾਈਡ ਕਰ ਲਈ, ਉਹਨਾਂ ਦੇ ਘਰੇ ਚੋਰੀ ਕਰੀ ਜੀ। ਕਿੰਨੀਆਂ ਕੁ ਮੌਤਾਂ ਹੋਈਆਂ ਤੁਹਾਡੇ ਚਿੱਟੇ ਨਾਲ? ਸਾਡੇ ਚਿੱਟੇ ਨਾਲ 3-4 ਮੌਤਾਂ ਹੋ ਗਈਆਂ ਜੀ। ਹੁਣ ਕਿਸ ਤਰ੍ਹਾਂ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਨਾਂ ਦੇ ਖਿਲਾਫ਼ ਢੁੱਕਦੀ ਕਾਰਵਾਈ ਕੀਤੀ ਜਾਵੇ, ਜੋ ਵੀ ਇਹ ਨਸ਼ਾ ਵੇਚਦੇ ਨੇ। ਇਹ ਜੀ ਆਪਣੇ ਕੋਟੜਾ ਲਹਿਲ ਪਿੰਡ ਆ ਜਿਹੜਾ ਆਪਣੇ ਥਾਣੇ ਲਹਿਰੇ 'ਚ ਪੈਂਦਾ, ਉੱਥੇ ਲੋਕ ਕਾਫੀ ਮੇਰੇ ਕੋਲ ਇਕੱਠੇ ਹੋ ਕੇ ਜਾਏ ਸੀ, ਜਿਹਨਾਂ ਨੇ ਕਿਹਾ ਕਿ ਸਾਡੇ ਪਿੰਡ 'ਚ ਕਾਫੀ ਜ਼ਿਆਦਾ ਨਸ਼ੇ ਦਾ ਕਾਰੋਬਾਰ ਰੁਝਾਨ ਵੱਧ ਰਿਹਾ ਹੈ, ਨਵੇਂ ਮੁੰਡੇ ਨਸ਼ੇ ਵੱਲ ਲੱਗ ਰਹੇ ਨੇ, ਅਤੇ ਵੀ ਉਹਨੂੰ ਠੱਲ ਪਾਈ ਜਾਵੇ। ਅਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਲੜਕੇ ਨੂੰ ਫੜ ਕੇ ਸਾਡੀ ਪੁਲਿਸ ਪਾਰਟੀ ਬਾਹਰ ਲੱਗ ਕੇ ਸੀ, ਉਹਦੇ ਹਵਾਲੇ ਵੀ ਕੀਤਾ, ਅਤੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ, ਅਤੇ ਜੇ ਤਾਂ ਕੋਈ ਚੀਜ਼ ਬਰਾਮਦ ਹੁੰਦੀ ਹੈ ਤਾਂ ਜ਼ਬਤ ਸਰ ਕਾਰਵਾਈ ਕੀਤੀ ਜਾਊਗੀ। ਸਰ ਇਹਨਾਂ ਨੇ ਇਹ ਵੀ ਕਿਹਾ ਵੀ ਪਿੰਡ ਦੇ ਵਿੱਚ ਕਾਫੀ ਮੌਤਾਂ ਜਿਹੜੀਆਂ ਹੈਗੀਆਂ ਨਸ਼ੇ ਕਾਰਨ ਹੋਈਆਂ, ਕਿਸ ਤਰ੍ਹਾਂ ਦਾ ਜਿਹੜਾ ਆਪਾਂ ਜਾਣਕਾਰੀ? ਦੇਖੋ ਇਹ ਜ਼ਿਕਰ ਕਰ ਰਹੇ ਸੀ ਵੀ ਮੌਤਾਂ ਹੋਈਆਂ ਨੇ, ਪਰ ਸਾਨੂੰ ਕੋਈ ਮੌਤ ਦੀ ਇਤਲਾਹ ਨਹੀਂ ਮਿਲੀ ਹੈਗੀ ਇਸ ਤਰ੍ਹਾਂ ਦੀ, ਕੋਈ ਪਿਛਲੇ ਸਮੇਂ ਦੌਰਾਨ ਜਿਹੜੀਆਂ ਕੋਈ ਮੌਤਾਂ ਹੋਈਆਂ ਨੇ, ਅਤੇ ਉਹਦੇ ਬਾਰੇ ਸਾਡੇ ਕੋਈ ਥਾਣੇ 'ਚ ਕੋਈ ਇਤਲਾਹ ਨਹੀਂ ਦਿੱਤੀ, ਅਤੇ ਅਗਰ ਕੋਈ ਇਤਲਾਹ ਦਿੱਤੀ ਹੁੰਦੀ ਫਿਰ ਜ਼ਰੂਰ ਦੋਸ਼ੀਆਂ ਖਿਲਾਫ਼ ਕਾਰਵਾਈ ਹੁੰਦੀ।
ਜਿਹੜਾ ਮੁੰਡਾ ਫੜਾਇਆ ਜੀ ਉਹਦੇ ਕੀ ਚੱਲ ਰਿਹਾ ਹੈ? ਦੇਖੋ, ਉਹਦੀ ਪੁਲਿਸ ਪਾਰਟੀ ਸਾਡੀ ਕੋਸ਼ਿਸ਼ ਕਰ ਰਹੀ ਹੈ ਅਤੇ ਕੋਸ਼ਿਸ਼ ਕਰਕੇ ਜਿਹੜੀ ਬਣਦੀ ਕਾਰਵਾਈ ਹੈ ਅਮਲ 'ਚ ਲਿਆਂਦੀ ਜਾਵੇਗੀ, ਜੋ ਰਿਕਵਰੀ ਅਨੁਸਾਰ ਜਿਹੜੀ ਕਾਰਵਾਈ ਚੱਲ ਰਹੀ ਹੈ। ਪਿੰਡ ਵਾਲਿਆਂ ਨੂੰ ਕੀ ਦੱਸਿਆ ਜੀ ਤੁਹਾਨੂੰ ਇਸ ਦੇ ਸੰਬੰਧ ਵਿੱਚ? ਦੇਖੋ, ਪਿੰਡ ਵਾਲੇ ਤਾਂ ਕਹਿੰਦੇ ਨੇ ਵੀ ਇਹ ਨਸ਼ਾ ਵੇਚਦਾ ਜਿਹੜਾ ਬੰਦਾ ਉਹਨਾਂ ਨੇ ਫੜਾਇਆ ਪੁਲਿਸ ਪਾਰਟੀ ਨੂੰ, ਅਤੇ ਜੋ ਪਿੰਡ ਵਾਲੇ ਪਹਿਲਾਂ ਕਿਸੇ ਨੇ ਧਿਆਨ 'ਚ ਨਹੀਂ ਲਿਆਂਦਾ ਪਤਾ ਨਹੀਂ ਕਿਹੜੇ ਕਾਰਨ ਕਰਕੇ, ਪਰੰਤੂ ਅੱਜ ਕਾਫੀ ਲੋਕ ਇਕੱਠੇ ਹੋ ਕੇ ਪਿੰਡ ਦੇ ਆਏ ਨੇ ਅਤੇ ਅਸੀਂ ਇਹਦੀ ਪ੍ਰੋਪਰ ਜਾਂਚ ਕਰਕੇ ਬਿਲਕੁਲ ਸਖ਼ਤ ਕਾਰਵਾਈ ਕਰਾਂਗੇ। ਸਰ, ਕੀ ਕਹਿਣਾ ਚਾਹੋਗੇ ਪਿੰਡ ਵਾਲਿਆਂ ਨੂੰ ਕਿ ਨਸ਼ਾ ਜਿਸ ਤਰ੍ਹਾਂ? ਪਿੰਡ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਵੀ ਜਿਸ ਤਰ੍ਹਾਂ ਤੁਸੀਂ ਅੱਜ ਜਿਵੇਂ ਉੱਠੇ ਹੋ, ਇਸ ਤਰ੍ਹਾਂ ਸਾਰੇ ਪਿੰਡਾਂ ਨੂੰ ਹੀ, ਇਕੱਲਾ ਇਹੀ ਪਿੰਡ ਨਹੀਂ, ਸਾਰਿਆਂ ਨੂੰ ਨਸ਼ੇ ਦੇ ਖਿਲਾਫ਼ ਉੱਠਣਾ ਪੈਣਾ। ਆਪਾਂ ਨੂੰ ਪਿੰਡਾਂ ਦੇ ਵਿੱਚ ਪਹਿਰੇ ਵੀ ਲਾਉਣੇ ਪੈਣੇ ਨੇ ਦਿਨ ਰਾਤ ਦੇ, ਕਿਉਂਕਿ ਨਸ਼ੇ ਵਾਲੇ ਜਿਹੜੇ ਦਿਨੇ ਦਿਨੇ ਹੀ ਚੱਲਦੇ ਨੇ, ਇਹਦਾ ਦਿਨ ਦੇ ਪਹਿਰੇ ਹੀ ਲਾਉਣੇ ਪੈਣਗੇ। ਇਹ ਸ਼ੱਕੀ ਬੰਦੇ ਜਿਹੜੇ ਬਾਹਰੋਂ ਆਉਂਦੇ ਨੇ ਕੋਈ ਨਸ਼ਾ ਦੇਣ ਆਉਂਦੇ ਨੇ ਜਾਂ ਲੈਣ ਆਉਂਦੇ ਨੇ, ਉਹਨਾਂ ਨੂੰ ਵੀ ਰੋਕਣਾ ਪਊਗਾ। ਅਤੇ ਇੱਦਾਂ ਦੇ ਪਿੰਡਾਂ 'ਚ ਕਈਆਂ ਚੱਲਦੇ ਵੀ ਰਹੇ ਨੇ, ਬੜੇ ਸਕਸੈਸਫੁਲ ਹੋਏ ਨੇ। ਹਾਂਜੀ, ਇਸ ਪਿੰਡ ਦੀ ਅੱਜ ਮੈਂ ਇਹਨਾਂ ਨਾਲ ਗੱਲ ਕੀਤੀ ਹੈਗੀ, ਇੱਕ ਕਮੇਟੀ ਬਣਾ ਰਹੇ ਨੇ 15 ਬੰਦਿਆਂ ਦੀ, ਅਤੇ ਉਹਦੇ ਮੁਤਾਬਕ ਫਿਰ ਇਹ ਪ੍ਰੋਪਰ ਵੀ ਕਿਹੜਾ ਬੰਦਾ ਨਸ਼ਾ ਕਰਦਾ ਉਹਦਾ ਨਸ਼ਾ ਛਡਾਉਣਾ ਪਊਗਾ, ਛਡਾਉਣ ਲਈ ਕੋਸ਼ਿਸ਼ ਕਰਨਗੇ। ਜਿਹੜੇ ਕਿ ਵੇਚਦੇ ਨੇ ਉਹਨਾਂ ਦੇ ਖਿਲਾਫ਼ ਐਕਸ਼ਨ ਲੈਣ ਲਈ ਇਹ ਸਾਨੂੰ ਇਤਲਾਹ ਦੇਣਗੇ।